जी सत श्रीकाल जी सारयां नूं ते स्वागत है भाई अज दे व्लॉग दे विच। हांजी अज दे व्लॉग दे विच कोविड स्पैशल मतलब जिवें कोविड नूं दूर करन वास्ते सैनिटाइजर साडे कैंप वल्लों सेवा चल रही है ते अज इधर गौशाला वाले पासे आए हैं। ये वैसे रोज़ ही करते हैं ते मैनूं व्लॉग बनाउण दा मौका अज मिलिया। इधर इन्हां ने गौशाला वाले पासे करने सैनिटाइजिंग मतलब सारी गली करनी है ते साडे कैंप दी टीम इस काम च अगे चल रही है भी आपकी जान से खेड के चलो सैनिटाइजर कर रहे जिन्हों के घरें पेशेंट वगैरह भी है उन्होंने घरें भी जाते हैं जे किसी का फोन फून आ जाए तो बाकी साड़ी टीम आ रही है इन्हों की गली करनी अज आप सैनिटाइज सारी साड़ी टीम आ गई सारी वो तुम विखाने पहले आप लो जी मशीन आ गई साड़ी सैनिटाइजर वाली तो साड़ी टीम भाजी आ गई से हैलो चलो चलो आ सारी टीम साड़ी करूगी अज आ गली सैनिटाइज इन्हां नूं करोना दा ज्यादा डर है दो दो मास्क लाई फिरदे आ टेढ़ा होए थोड़े टेढ़ा ओ वेखो एक थल्ले एक कुत्ते मास्क लग्गिया सही गल है सैनिटाइज करना सो थोड़ा बचा जरूरी है इधर पानी पऊगा थोड़ा फिर उपर आ सैनिटाइजर जिहड़ा हुंदा आ पऊगा चल मेरे बस इन्ने की लोड़ होंगी है साढ़े मुंशी जी नहीं होना अज की डेट च गोडे हो गए पहला सैनिटाइज फौज कैंप मलोड वालों अज लगातार 12वां दिन सैनिटाइजर किया जा रहा है। जो भी व्यक्ति या जो भी एरिए वाले लोग सानू फोन करते हैं सैनिटाइज पिछे तो साड़ी टीम हर वक्त तैयार रहती है। तो ये तुसीं जिहड़ा हुण देखिया सैनिटाइज किया ये नुमान मंदिर महावीर नगर गली नंबर 9 गली नंबर 1 ਵਿੱਚ ਅੱਜ ਸੈਨੀਟਾਈਜ਼ ਕੀਤਾ ਗਿਆ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬਾਕੀ ਜੇ ਤੁਸੀਂ ਮਤਲਬ ਕਿਸੇ ਵੀ ਮਲੋੜ ਦੇ ਵਿੱਚ ਕਿਸੇ ਵੀ ਏਰੀਆ 'ਚ ਕਰਾਉਣਾ ਹੈ ਤਾਂ ਸਾਨੂੰ ਮੈਂ ਨੰਬਰ ਪਾ ਦੂੰਗਾ ਉੱਥੇ ਫੋਨ ਕਰ ਲਿਓ ਹਾਂ ਤੇ ਭੋਲੇ ਕੀ ਫੌਜ ਗਰੁੱਪ ਵੱਲੋਂ ਚੱਲੀ ਜਾਂਦਾ ਜਦੋਂ ਮੈਂ ਪਿਛਲੇ ਵਲੋਗ ਦੇ ਵਿੱਚ ਮੈਂ ਪ੍ਰਾਈਜ਼ ਨਹੀਂ ਮਿਲਿਆ ਸੀ ਮੈਨੂੰ ਛੋਟਾ ਜਿਹਾ ਭਰਾ ਦਾ ਮਲੋਟ ਲਾਈ ਜਾ ਉਹ ਗਰੁੱਪ ਹੈ ਤੇ ਮਲੋਟ ਏਰੀਆ ਇਕੱਲਾ ਵੀ ਹੋਰ ਤੁਸੀਂ ਬੋਰੋ ਫੋਨ ਕਰਨ ਆਜੋ ਵੀ ਸਾਡੇ ਵੀ ਕਰਕੇ ਆਜੋ ਬਾਕੀ ਇਹਨਾਂ ਵੱਲੋਂ ਇੱਕ ਸਵੇਰੇ ਕਾੜੇ ਦੀ ਸੇਵਾ ਵੀ ਚੱਲ ਰਹੀ ਹੈ ਵੀ ਸਵੇਰੇ ਸਵੇਰੇ ਘਰਾਂ ਘਰਾਂ 'ਚ ਜਾ ਕੇ ਸਾਡੇ ਕੈਂਪ ਏਰੀਏ 'ਚ ਹੀ ਕਾੜੇ ਦੀ ਵੀ ਸੇਵਾ ਕਰ ਰਹੇ ਹੈ ਮਤਲਬ ਕਹਿਣ ਦਾ ਭਾਵ ਕਾੜੇ ਦਾ ਇਹ ਹਿਸਾਬ ਹੈ ਵੀ ਵੀ ਸਰੀਰ ਨੂੰ ਤੰਦਰੁਸਤ ਰੱਖਦਾ ਥੋੜ੍ਹਾ ਜਿਹਾ ਹੈ ਨਾ ਬਾਕੀ ਭਾਜੀ ਚਾਰ ਦਿਨ ਲਗਾਤਾਰ ਪੀਣ ਨਾਲ ਓਕੇ ਰਿਪੋਰਟ ਹੋਇਆ ਹੈ ਕਰੋਨਾ ਖਤਮ ਹੋਇਆ ਹੈ ਕਾੜਾ ਕਾੜਾ ਮਿਲ ਜੇਗਾ ਜਿੰਨੇ ਵੀ ਚਾਹੀਦਾ ਜ਼ਰੂਰ ਮਿਲੇਗਾ ਪਰ ਸਵੇਰੇ ਸਵੇਰੇ ਕਿ ਸ਼ਾਮ ਨੂੰ ਵੀ ਨਹੀਂ ਜਦੋਂ ਮਰਜ਼ੀ ਮਿਲੋ ਜਦੋਂ ਮਰਜ਼ੀ ਚਲੋ ਕਾੜਾ ਵੀ ਮਿਲ ਜਾਊਗਾ ਆਪਾਂ ਨੂੰ ਜਦੋਂ ਮਰਜ਼ੀ ਹੁਣ ਦੂਜੀ ਗਲੀ ਕਰਨ ਲੱਗੇ ਇੱਕ ਪਹਿਲਾਂ ਕੀਤੀ ਸੀ ਇਹ ਦੂਜੀ ਗਲੀ ਹੁਣ ਕਰਦੇ ਆਪਾਂ ਸੈਨੀਟਾਈਜ਼ ਹੋਰ ਚੀਜ਼ ਦੱਸੀ ਇਹਦੇ ਵੀ ਟੈਂਕੀ ਬੜੀ ਫੁੱਲ ਮੈਂ ਜੀ ਫ੍ਰੀ ਹਾਂ ਗਾੜੇ ਦੀ ਟੈਂਕੀ ਜਮਾ ਫ੍ਰੀ ਮਿਲ ਜੂ ਮਤਲਬ ਸੇਵਾ ਹੀ ਚੱਲ ਰਹੀ ਫ੍ਰੀ ਦਾ ਕੀ ਕਹਿਣਾ ਉਹਨਾਂ ਦੇ ਤੇ ਸੇਵਾ ਚੱਲ ਰਹੀ ਹੈ ਭਰੀ ਹੋਈ ਫੋਨ ਨੰਬਰ ਦੇ ਜਨ ਮੈਂ ਪਾਉਂਗਾ ਨਾ ਫੋਨ ਨੰਬਰ ਉਹਦੇ ਤੇ ਫੋਨ ਕਰ ਲਿਓ ਹੁਣ ਸਾਡੇ ਮੈਨੇਜਰ ਸਾਹਿਬ ਕਰਨਗੇ ਮਾਈਕ ਆ ਗਿਆ टीम दी होरी वापसी भाजी चले है ते इधर मशीन चली है पिंड मंदिर
ਮੰਦਰ ਮੰਦਰ ਕਰਨੀ ਉਹਨਾਂ ਨੇ ਫਿਰ ਇੱਥੋਂ ਮਸ਼ੀਨਾਂ ਆਪਾਂ ਵਿਹਲੀ ਕਰਤੀ ਤਾਂ ਹੀ ਉੱਧਰ ਜਾਊਗੀ ਬਾਕੀ ਜਿੰਨੀ ਗਲੀਆਂ ਨਿਕਲਦੀਆਂ ਕਰ ਦਿੰਦੇ ਆ ਮੰਦਰ ਮੁੰਦਰ ਜਿੰਨਾ ਜਿੱਧਰੋਂ ਵੀ ਫੋਨ ਫੂਨ ਆਈਏ ਉੱਧਰ ਨਿਕਲ ਜਾਂਦੇ ਨਾਲ ਦੀ ਨਾਲ ਵੀ ਇਹ ਨਹੀਂ ਵੀ ਕੱਲ ਕਰ ਦਾਂਗੇ ਪਰਸੋਂ ਕਰ ਦਾਂਗੇ ਨਾਲ ਦੀ ਨਾਲ ਉੱਧਰ ਹੋ ਜਾਂਦਾ ਜਦੋਂ ਮਰਜ਼ੀ ਬੁਲਾਓ ਸਾਰੇ ਹਾਜ਼ਰ ਕਿਉਂਕਿ 3 ਵਜੇ ਦੁਕਾਨਾਂ ਵਧਾਉਣ ਦਾ ਟਾਈਮ ਹੁੰਦਾ ਲਓ ਜੀ ਉੱਥੋਂ ਹੁਣ ਕਰਕੇ ਇਹ ਆਏ ਆ ਮੰਦਰ 'ਚ ਸ਼ਿਵ ਮੰਦਰ ਆਏ ਆ ਇੱਧਰ ਕਰੀ ਜਾਂਦੇ ਮੰਦਰ 'ਚ ਸੈਨੇਟਾਈਜ਼ ਕਰਕੇ ਆ ਗਏ ਸੀ ਅਤੇ ਵਲੋਗ ਐਂਡ ਕਰਨ ਦਾ ਭਾਅ ਜੀ ਮੌਕਾ ਹੀ ਨਹੀਂ ਮਿਲਿਆ ਇਹ ਮੈਂ ਨੋਰਮਲੀ ਗੱਲ ਦੱਸਦਾ ਵੀ ਜਿਵੇਂ ਮੈਂ ਕੋਈ ਵਡਿਆਈ ਨਹੀਂ ਕਰ ਰਿਹਾ ਆਪਦੇ ਮੁਹੱਲੇ ਦੀ ਜਾਂ ਕੁਛ ਵੀ ਬਟ ਇਹ ਚੀਜ਼ ਚਲੋ ਇਹਨਾਂ ਲਈ ਬੈਟਰ ਹੈ ਵੀ ਇਹ ਇਮੇਜ ਬਣਾ ਰਹੀ ਨਾ ਇੱਕ ਦੂਜੇ ਮੁਹੱਲਿਆਂ ਦੇ ਵਿੱਚ ਪੂਰੇ ਸ਼ਹਿਰ ਮਲੋਟ ਦੇ ਵਿੱਚ ਵੀ ਕੈਂਪ ਦੀ ਇਮੇਜ ਬਣ ਰਹੀ ਕਿਤੇ ਕੈਂਪ ਨੂੰ ਵੀ ਲੋਕ ਐਂ ਸਮਝਦਾ ਵੀ ਇਹ ਇੱਥੇ ਲੜਾਈਆਂ ਹੁੰਦੀਆਂ ਇਹ ਮੁਹੱਲਾ ਨਹੀਂ ਚਾਹੀਦਾ ਇਹ ਥੋੜ੍ਹਾ ਮਤਲਬ ਨੀਵੇਂ ਲੈਵਲ ਦਾ ਮੁਹੱਲਾ ਬਟ ਇਹ ਜੀ ਕੋਈ ਗੱਲ ਹੈ ਨਹੀਂ ਜੀ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਕੈਂਪ ਵੀ ਹੁਣ ਥੋੜ੍ਹੀ ਤਰੱਕੀ ਕਰ ਰਿਹਾ ਭਾਅ ਜੀ ਸੋ ਥੋੜ੍ਹੀ ਇਮੇਜ ਆਪਦੇ ਦਿਮਾਗ 'ਚੋਂ ਵੀ ਕੱਢ ਦਿਉ ਵੀ ਕੈਂਪ ਐਵੇਂ ਹੈਗੇ ਕੈਂਪ ਉਵੇਂ ਹੈਗਾ ਕੈਂਪ ਬਹੁਤ ਵਧੀਆ ਭਾਅ ਜੀ ਮੈਂ ਤਾਂ ਆਪਦੇ ਚਲੋ ਆਪਦਾ ਮੁਹੱਲਾ ਹੈਗਾ ਕਹੂੰਗਾ ਹੀ ਕਹੂੰਗਾ ਵੈਸੇ ਤੁਸੀਂ ਵੀ ਜੇ ਬਾਹਰੋਂ ਬਾਰੀ ਵੇਖੋਗੇ ਜਾਂ ਲੋਕਾਂ ਦੀ ਗੱਲਾਂ ਸੁਣੋਗੇ ਤਾਂ ਕੈਂਪ ਨੀਵੇਂ ਜੇ ਕੈਂਪ 'ਤੇ ਕੰਮ ਵੇਖੋਗੇ ਤਾਂ ਕੈਂਪ ਉੱਚਾ ਅਤੇ ਬਾਕੀ ਜੇ ਕਿਸੇ ਇੱਕ ਚੀਜ਼ ਹੋਰ ਜੇ ਕਈ ਲੋਕ ਨਾ ਸੈਨੇਟਾਈਜ਼ਰ ਨੂੰ ਸਮਝਦੇ ਨਹੀਂ ਕੁਛ ਵੀ ਐਵੇਂ ਕਰਦੇ ਫਿਰਦੇ ਇਹਦੇ ਨਾਲ ਕੀ ਹੋ ਜਾਊਗਾ ਐਂ ਕਹਿੰਦੇ ਆ ਬਟ ਬਹੁਤ ਜ਼ਿਆਦਾ ਲੋਕ ਇਹ ਵੀ ਸਮਝਦੇ ਆ ਵੀ ਸੈਨੇਟਾਈਜ਼ਰ ਬਹੁਤ ਵਧੀਆ ਚੀਜ਼ ਹੈ ਵੀ ਜੇ ਉਹਨਾਂ ਦੇ ਘਰ ਕੋਈ ਸਮਾਨ ਆਉਣਾ ਉਹਨਾਂ ਨੇ ਸੈਨੇਟਾਈਜ਼ ਕਰਨਾ ਪਹਿਲਾਂ ਸਾਰਾ ਵੀ ਸੈਨੇਟਾਈਜ਼ ਕਰਦੇ ਆ ਪਹਿਲਾਂ ਫਿਰ ਹੀ ਘਰੇ ਸਮਾਨ ਰੱਖਦੇ ਆ ਵੀ ਜਿਵੇਂ ਕਿਤੇ ਬਾਹਰ ਅੰਦਰ ਜਾਂਦੇ ਆ ਆਪਦੇ ਆਪ ਨੂੰ ਪਹਿਲਾਂ ਸੈਨੇਟਾਈਜ਼ ਕਰਦੇ ਆ ਆ ਕੇ ਸੈਨੇਟਾਈਜ਼ ਕਰਦੇ ਆ ਸੋ ਸੈਨੇਟਾਈਜ਼ਰ ਚੀਜ਼ ਉਹ ਸਮਝਦੇ ਆ ਵੀ ਕਈ ਨਹੀਂ ਵੀ ਸਮਝਦੇ ਆਪਾਂ ਉਹਨਾਂ ਨੂੰ ਇਗਨੋਰ ਕਰਦੇ ਹਾਂ ਅਤੇ ਮਲੋਟ 'ਚ ਜਿਨ੍ਹਾਂ ਨੇ ਵੀ ਮਤਲਬ ਕਰਾਉਣਾ ਹੈ ਕਿਸੇ ਵੀ ਮੁਹੱਲੇ ਮੁਹੱਲੇ 'ਚ ਇਹਨਾਂ ਦਾ ਮੈਂ ਨੰਬਰ ਪਾ ਦੂੰਗਾ ਤੁਸੀਂ ਕੰਟੈਕਟ ਕਰ ਲਿਓ ਅਗਲੇ ਦਿਨ ਹੀ ਤੁਹਾਡੇ ਗਲੀ ਮੁਹੱਲੇ 'ਚ ਹਾਜ਼ਰ ਹੋਣਗੇ ਵੀ ਇਹ ਗੱਲ ਨਹੀਂ ਵੀ ਤੁਹਾਨੂੰ ਟਾਈਮ ਦੇ ਦੇਣਗੇ ਵੀ ਅਸੀਂ ਆਵਾਂਗੇ 3-4 ਦਿਨ ਰੋਕ ਕੇ ਲਾਰੇ ਲਾ ਦੇਣਗੇ ਅਗਲੇ ਦਿਨ ਹੀ ਆ ਜਾਣਗੇ ਬਹੁਤ ਵਧੀਆ ਕੰਮ ਕਰ ਰਹੇ ਆ ਸੇਵਾ ਚੱਲ ਰਹੀ ਹੈ ਉੱਧਰੋਂ ਕਾੜੇ ਦੀ ਸੇਵਾ ਵੀ ਚੱਲ ਰਹੀ ਹੈ ਸਵੇਰੇ ਸਵੇਰੇ ਕਾੜਾ ਪਿਆਉਂਦੇ ਆ ਵੀ ਉਹ ਵੀ ਚਲੋ ਸਿਹਤ ਲਈ ਆਪਣੇ ਲਈ ਵਧੀਆ ਇਟਸ ਗੁੱਡ ਫੋਰ ਹੈਲਥ ਅਤੇ ਬਸ ਆਹੀ ਕੁਛ ਸੀ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰ ਦਿਓ ਓਕੇ ਬਾਏ ਬਾਏ ਭਾਅ ਜੀ ਹਾਂਜੀ।